देश दुनिया वास्ते पंजाबियों खुश आमदीद। मैं हरजिंदर सिंह रंधावा, तुसीं देख रहे हो पंजाब टैलीविजन और मेरे नाल ने डॉक्टर केर सिंह, साबका चेयरमैन पंजाब स्कूल सिक्ख्या बोर्ड, डॉक्टर अमरजीत सिंह गरेवाल जिहड़े कि बहुत वड्डे सिख चिंतक ने, और इन्हां दे नाल डॉक्टर रजिंद्रपाल सिंह बराड़ पंजाबी यूनिवर्सिटी पटियाला तों। इस वेले जिहड़ा ऑर्डीनेंस एक किसानी नूं लैके आया, क्योंकि पंजाब दा धरातल ही किसानी नाल है, असीं किसानी तों बिना सोच ही नहीं सकदे, साडे कोल होर है ही कुछ नहीं। और मोदी सरकार का ट्रैक रिकॉर्ड है कि उन्हें कदे फैसले लैके पैर पछा नहीं खिंचया। ऐसी स्थिति दे विच साडियां मौजूदा जिन्नियां भी पार्टियां ने, सियासी पार्टियां ड्रामे करी जांदियां, अपने पंथ प्रस्त होण दा, पंजाब प्रस्त होण दा ढोंग दिखाई जांदियां। अंत नूं होणा की आ, इहनूं लैके लोकां दे विच अजे बहस शुरू नहीं हुई, क्योंकि ये ऑर्डीनेंस वापस नहीं होने और देर सवेर 2-3 सालां तक इहदे वड्डे असर सामने आउणे आ, जदों मंडी ने काबज हो जाणा ते बंदा बेबस हो जाना, अगे भी बड़े बेबस है। मैं सब तो पहला डॉक्टर केर सिंह जी तो गल शुरू करूंगा। डॉक्टर साहब, नाटक बड़ा हो रहा, नाटक बहुत दिखाया जा रहा, और जिहड़ा धुंदलका ये भी गूढ़ा हुंदा जा रहा, इहदे रंग सुरख हुंदे जांदे आ। इस वेले जिहड़ी स्थिति आ, असीं कदे फेडरलिज्म दे संघी ढांचे दे मामले च युद्ध लड़दे रहे, लेकिन अज सत्ता दा केंद्रीकरण है ते असीं उस केंद्रीकरण दे भाईवाल आ, छोटियां छोटियां लोड़ां करके दूर बैठिया दूर दृष्टि नाल देखिया ਪੰਜਾਬ ਨੂੰ ਇਸ ਵੇਲੇ ਕਿਵੇਂ ਨਿਹਾਰਦੇ ਹੋ, ਕਿਵੇਂ ਵਿਉਂਤਦੇ ਹੋ, ਕਿੱਥੇ ਕੋ ਖੜੇ ਆ, ਆਉਂਦੇ ਦਿਨੀ ਕਿਹੋ ਜਿਹੇ ਆਸਾਰ ਬਣਨ ਵਾਲੇ? ਰੰਧਾਵਾ ਸਾਹਿਬ, ਬਹੁਤ ਧੰਨਵਾਦ ਤੁਹਾਡਾ, ਤੁਸੀਂ ਮੌਕਾ ਦਿੱਤਾ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਦਾ ਆਪਣੇ ਤੁਹਾਡੀ ਆਡੀਅੰਸ ਨਾਲ। ਜਿੱਥੋਂ ਤੱਕ ਫੈਡਰਲਿਜ਼ਮ ਦੀ ਗੱਲ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇੱਥੇ ਹਿੰਦੁਸਤਾਨ 'ਚ ਕੇਂਦਰ ਮਜ਼ਬੂਤ ਹੋ ਰਿਹਾ ਤੇ ਸੂਬੇ ਕਾਫੀ ਕਮਜ਼ੋਰ ਹੋ ਰਹੇ ਹੈ। ਔਰ ਇਹ ਵਰਤਾਰਾ ਰੰਧਾਵਾ ਸਾਹਿਬ ਸਿਰਫ ਇੱਥੋਂ ਦਾ ਹਿੰਦੁਸਤਾਨ ਦਾ ਨਹੀਂ ਹੈ, ਇਹ ਦੁਨੀਆ ਭਰ ਦਾ ਵਰਤਾਰਾ ਹੈ ਕਿ ਫੈਡਰਲਿਜ਼ਮ ਸਾਰੇ ਹੀ ਦੇਸ਼ਾਂ ਦੇ ਵਿੱਚ ਕੇਂਦਰ ਮਜ਼ਬੂਤ ਹੁੰਦੇ ਜਾ ਰਹੇ ਹੈ ਔਰ ਸਰਕਾਰਾਂ ਜਿਹੜੀਆਂ ਸੂਬਿਆਂ ਦੀਆਂ ਹੈ ਉਹਨਾਂ ਦੇ ਅਧਿਕਾਰ ਪਹਿਲਾਂ ਨਾਲੋਂ ਘੱਟ ਗਏ, ਉਹ ਸੀਮਿਤ ਹੋ ਰਹੇ ਹੈ। ਇਹਦੇ ਕਾਰਨ 2-3 ਬੜੇ ਜਿਹੜੇ ਪ੍ਰਤੱਖ ਸਾਹਮਣੇ ਨਜ਼ਰ ਆਉਂਦੇ ਹੈ, ਉਹ ਇਹ ਹੈ ਕਿ ਇੱਕ ਤੇ ਜਿਸ ਢੰਗ ਨਾਲ ਸਾਡੇ ਟੈਕਨੋਲੋਜੀ ਦਾ ਵਿਕਾਸ ਹੋਇਆ, ਚਾਹੇ ਆਪਾਂ ਉਹਨੂੰ ਜਿਹੜੀ ਕਮਿਊਨੀਕੇਸ਼ਨ ਕਹਿ ਦਈਏ, ਚਾਹੇ ਟਰਾਂਸਪੋਰਟ ਕਹਿ ਦਈਏ, ਚਾਹੇ IT ਕਹਿ ਦਈਏ, ਉਹਦੇ ਵਿੱਚ ਇੰਨਾ ਵਿਕਾਸ ਹੋ ਗਿਆ ਹੋਇਆ ਕਿ ਖੇਤਰ ਕੋਈ ਆਈਸੋਲੇਟ ਰਹਿ ਹੀ ਨਹੀਂ ਸਕਦਾ। ਉਹਦੇ ਵਿੱਚ ਯੂਨਿਟ ਜਿਹੜੀ ਲਾ ਪਾ ਕੇ ਇਸ ਵੇਲੇ ਅੰਤਰਰਾਸ਼ਟਰੀ ਪੱਧਰ ਤੇ ਜੀ 86 ਯੂਨਿਟ ਹੈ, ਉਹ ਜਿਹੜੀ ਆਪਰੇਟ ਕਰਦੀ ਹੈ ਉਹ ਸੈਂਟਰ ਦੀ ਸਰਕਾਰ ਹੈ, ਯਾਨੀ ਕਿ ਕੰਟਰੀ ਦੀ, ਦੇਸ਼ ਦੀ ਸਰਕਾਰ ਹੁੰਦੀ ਹੈ, ਤੇ ਸੂਬੇ ਜਿਹੜੇ ਹੈ ਉਹਨਾਂ ਦਾ ਰੋਲ ਇਹਨਾਂ ਕਾਰਨਾਂ ਕਰਕੇ ਕੌਣ ਹੋ ਜਾਂਦਾ। ਦੂਸਰੀ ਗੱਲ ਇਹ ਹੈ ਕਿ ਆਰਥਿਕ ਸੋਮੇ ਜਿਹੜੇ ਹੈ ਉਹ ਵਧੇਰੇ ਕਰਕੇ ਜਿਹੜੀ ਵੰਡ ਕੀਤੀ ਗਈ ਹੈ ਹਿੰਦੁਸਤਾਨ ਵਿੱਚ ਸਾਡੇ, ਉਹ ਵਧੇਰੇ ਕਰਕੇ ਕੇਂਦਰ ਕੋਲ ਹੈ, ਤੇ ਜਿਹੜੇ ਰਹਿੰਦੇ ਖੁੰਦੇ ਸੀਗੇ ਉਹਦੇ ਵਿੱਚ ਵੀ ਕੇਂਦਰ ਦੀ ਦਖਲ ਅੰਦਾਜ਼ੀ, ਚਾਹੇ ਆਪਾਂ ਪਲੈਨਿੰਗ ਕਮਿਸ਼ਨ ਰਾਹੀਂ ਕਹੀਏ, ਚਾਹੇ ਫਾਈਨੈਂਸ ਕਮਿਸ਼ਨ ਰਾਹੀਂ ਕਹੀਏ, ਚਾਹੇ ਟੈਕਸ ਕਿਹੜੇ ਲੱਗਣੇ ਆ ਕਿਹੜੇ ਨਹੀਂ ਲੱਗਣੇ, ਇਹਨਾਂ ਸਾਰਿਆਂ ਬਾਰੇ ਕੇਂਦਰ ਦੇ ਕੋਲ ਡਿਸਾਈਸਿਵ ਪਾਵਰ ਹੈ। ਜਦੋਂ ਕੇਂਦਰ ਕੋਲ ਇੰਨੀਆਂ ਸ਼ਕਤੀਆਂ ਹੈਗੀਆਂ ਹੈ, ਰੰਧਾਵਾ ਸਾਹਿਬ ਮੈਂ ਕਹਿੰਦਾ ਕਿ ਇਹ ਸਿਰਫ ਆਪਾਂ ਮੋਦੀ ਸਾਹਿਬ ਦੀ ਗੱਲ ਹੁਣ ਦੀ ਨਾ ਕਰੀਏ, ਮੇਰੇ ਮੁਤਾਬਕ ਹਿੰਦੁਸਤਾਨ ਦਾ ਜਿਹੜੀ ਤਵਾਰੀਖ ਹੈ, ਸਿਆਸੀ ਤਵਾਰੀਖ ਸਾਡੀ, ਇਹਦੇ ਵਿੱਚ ਤੁਸੀਂ ਦੇਖੋਗੇ ਕਿ ਇਹ ਮੁੱਢ ਤੋਂ ਹੀ ਕੇਂਦਰ ਦੀਆਂ ਸ਼ਕਤੀਆਂ ਦੇ ਵਿੱਚ ਵਾਧਾ ਕਰਨ ਦਾ ਰੁਝਾਨ ਰਿਹਾ ਹੈ। ਔਰ ਇਹ ਕੋਈ ਵੀ ਪਾਰਟੀ ਕੇਂਦਰ ਵਿੱਚ ਜਿਹੜੀ ਆਈ ਹੈ, ਚਾਹੇ ਕਾਂਗਰਸ ਹੋਵੇ, ਚਾਹੇ BJP ਹੋਵੇ, ਚਾਹੇ ਕੋਈ ਹੋਰ ਜਿਹੜੀ ਅਲਾਇੰਸ ਆਇਆ ਹੋਵੇ, ਉਦੋਂ ਇਹੀ ਰੁਝਾਨ ਰਿਹਾ ਹੈ ਕਿ ਕੇਂਦਰ ਮਜ਼ਬੂਤ ਆ ਰਿਹਾ। ਜਿੰਨੀਆਂ ਅਮੈਂਡਮੈਂਟਸ ਹੋਈਆਂ ਉਹਨਾਂ ਵਿੱਚੋਂ ਵਧੇਰੇ ਕੇਂਦਰ ਦੇ ਅਧਿਕਾਰਾਂ ਵਿੱਚ ਵਾਧਾ ਕਰਨ ਦਾ ਯਤਨ ਕੀਤਾ। ਫਾਰ ਐਗਜ਼ਾਮਪਲ, ਤੁਸੀਂ ਦੇਖੋ ਕਿ ਜਿਹੜਾ ਵਾਅਦਾ ਕੀਤਾ ਗਿਆ ਸੀਗਾ ਕਿ ਇਹ ਕਾਂਸਟੀਟਿਊਸ਼ਨ ਦੇਖੋ ਜਦੋਂ ਬਣਨਾ ਸੀ ਤਾਂ 1 ਫਰਵਰੀ 1947 ਦੇ ਵਿੱਚ ਜੀ ਆਬਜੈਕਟਿਵਸ ਰੈਜ਼ੋਲਿਊਸ਼ਨ ਪਾਸ ਕੀਤਾ ਗਿਆ ਸੀ ਰੰਧਾਵਾ ਸਾਹਿਬ, ਜਿਹਦੇ ਤੇ ਸੰਵਿਧਾਨ ਬਣਨਾ, ਉਹਦੇ ਵਿੱਚ ਇਹ ਗੱਲ ਕੀਤੀ ਗਈ ਜਿਹੜੀ ਪ੍ਰਵਾਨ ਸੀ
ਕਿ ਜਿਹੜੀਆਂ ਰੈਜ਼ੀਡਿਊਰੀ ਪਾਵਰਸ ਹੈ, ਜਦੋਂ ਤਿੰਨ ਲਿਸਟਾਂ ਬਣ ਜਾਂਦੀਆਂ ਹੈ ਸੂਬਿਆਂ ਦੀਆਂ, ਕੇਂਦਰ ਦੀਆਂ ਔਰ ਸਾਂਝੀ ਸੂਚੀ ਜਿਹੜੀ ਹੁੰਦੀ ਹੈ ਸ਼ਕਤੀਆਂ ਦੀ ਵੰਡ ਦੀ, ਜਿਹੜੀਆਂ ਸ਼ਕਤੀਆਂ ਵੱਧ ਜਾਂਦੀਆਂ ਜਾਂ ਵਿਸ਼ੇ ਵੱਧ ਜਾਂਦੇ ਆ ਵੀ ਉਹ ਸੂਬਿਆਂ ਕੋਲ ਹੋਣਗੇ, ਇਹ ਕਮਿਟਮੈਂਟ ਕੀਤੀ ਗਈ ਸੀ। ਔਰ ਦੂਸਰੀ ਕਮਿਟਮੈਂਟ ਇਸੇ ਜਿਹੜਾ ਓਬਜੈਕਟਿਵ ਰੈਜ਼ੋਲਿਊਸ਼ਨ ਕੀਤਾ ਗਿਆ ਸੀ ਫਰਵਰੀ 47 ਜਿਹਦੇ ਆਧਾਰ ਤੇ ਸੰਵਿਧਾਨ ਬਣਾਇਆ ਗਿਆ, ਉਹਦੇ ਵਿੱਚ ਇਹ ਕਿਹਾ ਸੀ ਮਾਈਨੋਰਿਟੀਜ਼ ਦਾ ਖਾਸ ਧਿਆਨ ਰੱਖਿਆ ਗਿਆ। ਇਹ ਫਰਵਰੀ 47 ਦੀ ਗੱਲ ਹੈ ਜਿਹਦੇ ਆਧਾਰ ਤੇ ਸੰਵਿਧਾਨ ਸਾਡਾ ਬਾਅਦ ਚ ਕਾਨਸਟੀਟਿਊਸ਼ਨ ਅਸੈਂਬਲੀ ਦੇ ਵਿੱਚ ਸਪੈਸ਼ਲ ਹੋਈ ਔਰ ਬਣਦਾ ਰਿਹਾ। ਬਦਕਿਸਮਤੀ ਇਹ ਹੈ ਕਿ ਉਦੋਂ ਦੀ ਉਦੋਂ ਦੇ ਵਾਅਦੇ ਉਹ ਵਫਾ ਨਹੀਂ ਹੋਏ ਜਦੋਂ ਇਹ ਸੰਵਿਧਾਨ ਬਣਾਇਆ ਗਿਆ, ਨਾ ਰੈਜ਼ੀਡਿਊਰੀ ਪਾਵਰ ਸੂਬਿਆਂ ਨੂੰ ਦਿੱਤੀਆਂ ਗਈਆਂ, ਨਾ ਮਾਈਨੋਰਿਟੀਜ਼ ਨਾਲ ਕੀਤੀਆਂ ਗਈਆਂ ਕਮਿਟਮੈਂਟ ਕੋਈ ਵਫਾ ਹੋਈਆਂ। ਔਰ ਇਸ ਤੋਂ ਬਾਅਦ ਤੁਸੀਂ ਦੇਖੋ ਸੰਵਿਧਾਨ ਦੇ ਵਿੱਚ ਦੋ ਕੁ ਗੱਲਾਂ ਜਿਹੜੀਆਂ ਰੰਧਾਵਾ ਸਾਹਿਬ ਬੜੀਆਂ ਤੁਹਾਡੇ ਧਿਆਨ ਵਿੱਚ ਕੈਦ ਹੋਣ ਕਿ ਨਾਰਮਲ ਹਾਲਾਤ ਵੀ ਜਦੋਂ ਹੁੰਦੇ ਹੈ ਉਦੋਂ ਵੀ ਕੇਂਦਰ ਸੂਬਿਆਂ ਦੇ ਵਿੱਚ ਦਖਲ ਅੰਦਾਜ਼ੀ ਕਰ ਸਕਦਾ। ਐਮਰਜੈਂਸੀ ਤੇ ਤੁਸੀਂ ਛੱਡੋ ਇਸ ਗੱਲ ਜੀ, ਤਾਂ ਤੁਸੀਂ ਹੁਣ ਦੇਖਿਆ ਹੋਣਾ ਕੋਵਿਡ ਦਾ ਮਸਲਾ ਹੁਣ ਆਇਆ ਸੀਗਾ ਤੇ ਕੇਂਦਰ ਨੇ ਡਾਇਰੈਕਸ਼ਨ ਦੇ ਦਿੱਤੀਆਂ ਤੇ ਕੁੱਝ ਸੂਬਿਆਂ ਨੇ ਕਿਹਾ ਵੀ ਅਸੀਂ ਇਹ ਡਾਇਰੈਕਸ਼ਨ ਨਹੀਂ ਮੰਨਦੇ ਕਿਉਂਕਿ ਸਾਡੇ ਤੇ ਇਹ ਲਾਗੂ ਨਹੀਂ ਹੋਣੀਆਂ ਚਾਹੀਦੀਆਂ, ਸਾਡੇ ਹਾਲਾਤ ਵੱਖਰੇ ਹਨ। ਪਰ ਜਿਹੜੇ ਸੰਵਿਧਾਨ ਦੀ ਧਾਰਾ 256 ਦੇ ਤਹਿਤ ਕੀਤੀ ਗਈ ਹੈ ਡਾਇਰੈਕਸ਼ਨ, ਉਹ ਸੰਵਿਧਾਨ ਦੇ ਵਿੱਚ ਹੀ ਸ਼ਾਮਿਲ ਹੈ। ਜਦੋਂ ਉਹ ਡਾਇਰੈਕਸ਼ਨ 256 ਦੇ ਤਹਿਤ ਕੀਤੀ ਜਾਂਦੀ ਹੈ ਤੇ ਕੋਈ ਵੀ ਸੂਬੇ ਦੀ ਸਰਕਾਰ ਉਸਨੂੰ ਮੰਨਣ ਤੋਂ ਮਨਾ ਨਹੀਂ ਕਰ ਸਕਦੀ। ਇਹ ਨਾਰਮਲ ਹਾਲਾਤ ਦੀ ਮੈਂ ਗੱਲ ਕਰ, ਸੰਵਿਧਾਨ ਦੇ ਵਿੱਚ ਦਰਜ ਹੈ 256 ਦੇ ਵਿੱਚ। ਔਰ ਏਦਾਂ ਹੀ ਆਰਟੀਕਲ 249 ਜਿਹੜਾ ਰੰਧਾਵਾ ਸਾਹਿਬ ਉਹਦੇ ਵਿੱਚ ਹੈ ਕਿ ਸੂਬਿਆਂ ਦੀ ਜਿਹੜੀ ਸੂਚੀ ਹੈ, ਸਬਜੈਕਟ ਜਿਹੜੇ ਸੂਬਿਆਂ ਨੂੰ ਪਾਵਰਸ ਦਿੱਤੀਆਂ ਹੋਈਆਂ, ਇਹਨਾਂ ਵਿੱਚ ਰਾਜ ਸਭਾ 2/3 ਮੈਜੋਰਿਟੀ ਨਾਲ ਉਹ ਰੈਜ਼ੋਲੂਸ਼ਨ ਪਾਸ ਕਰਕੇ ਉਹਨਾਂ ਵਿਸ਼ਿਆਂ ਤੇ ਵੀ ਟੈਂਪਰੈਰਲੀ ਤਾਕਤਾਂ ਕੇਂਦਰ ਨੂੰ ਦੇ ਸਕਦੇ। ਅੱਛਾ, ਮੇਰਾ ਪੂਰਾ ਕਹਿਣ ਤੋਂ ਇਹ ਹੈ ਕਿ ਆਪਾਂ ਸਿਰਫ ਹੁਣ ਦੀ ਸਰਕਾਰ ਦੀ ਨਾ ਗੱਲ ਕਰੀਏ, ਸਾਡਾ ਸਾਰਾ ਜਿਹਨੂੰ ਕਹੀਏ ਕਿ ਖਾਸਾ ਜਾਂ ਨੇਚਰ ਸਾਡੇ ਸੰਵਿਧਾਨ ਦੇ ਵਿੱਚ ਬਣਾਈ ਗਈ ਹੈ ਫੈਡਰਲਿਜ਼ਮ ਦੀ, ਉਹਦੇ ਵਿੱਚ ਸੂਬਿਆਂ ਨੂੰ ਬਹੁਤ ਸੀਮਿਤ ਤਾਕਤਾਂ ਦਿੱਤੀਆਂ ਗਈਆਂ ਔਰ ਨਾਲ ਜਿਹੜੀਆਂ ਇਹਨਾਂ ਦੇ ਉੱਪਰ ਨਕੇਲ ਪਾਉਣ ਵਾਸਤੇ ਕਾਂਸਟੀਟਿਊਸ਼ਨ ਦੇ ਵਿੱਚ ਹੀ ਇਹੋ ਜਿਹੇ ਆਰਟੀਕਲ ਸ਼ਾਮਿਲ ਹੈ ਕਿ ਜਦੋਂ ਵੀ ਕਿਤੇ ਕੇਂਦਰ ਦੀ ਸਰਕਾਰ ਕਿਸੇ ਜਿਹੜੀ ਹੈ ਉਹ ਸੰਘੀ ਕੁੱਟਣੀ ਹੈ ਤੇ ਜਦੋਂ ਮਰਜ਼ੀ ਕੁੱਟ ਲੈ, ਉਹਦੇ ਵਿੱਚ ਸੰਵਿਧਾਨ ਦੇ ਵਿੱਚ ਹੀ ਧਾਰਾਵਾਂ ਸ਼ਾਮਿਲ ਹਨ। ਮੇਰਾ ਪੁਆਇੰਟ ਰੰਧਾਵਾ ਸਾਹਿਬ ਸਿਰਫ ਇਹ ਹੈ ਕਿ ਇਹ ਧਾਰਾਵਾਂ ਦੇ ਪਿੱਛੇ ਜਦੋਂ ਜਾਣੇ ਉਹ ਗੱਲ ਹੋਰ ਤਰ੍ਹਾਂ ਦਾ, ਸੰਵਿਧਾਨ ਦੀਆਂ ਕੀ ਹੈ ਕਲਾਜ਼ ਕੀ ਹੈ, ਪਿੱਛੇ ਹੁੰਦੀ ਹੈ ਮਨਸ਼ਾ ਕਿ ਇੱਛਾ ਕੀ ਹੈ। ਜਿਹੜੀ ਰਾਜ ਕਰਨ ਵਾਲੀ ਕੋਈ ਵੀ ਸਿਆਸੀ ਜਮਾਤ ਹੈ ਜਾਂ ਸਿਆਸੀ ਬਣਤਰ ਹੈ ਉਹਦੀ ਸੋਚ ਕੀ ਹੈ। ਹੁਣ ਸਮੱਸਿਆ ਇਹ ਹੈ, ਸਾਨੂੰ ਪਤਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸੋਚ ਇਸ ਵੇਲੇ ਜੋ ਹੈਗੀ ਹੈ ਉਹ ਹਮੇਸ਼ਾ ਰਾਸ਼ਟਰਵਾਦ ਦੀ ਗੱਲ ਵਧੇਰੇ ਕਰਦੀ ਹੈ, ਉਹ ਯੂਨਿਟੀ ਦੀ ਗੱਲ ਕਰਦੀ ਹੈ, ਉਹ ਤੁਹਾਨੂੰ ਪਤਾ ਹੀ ਹੈ ਕਿ ਕਿਸੇ ਜ਼ਮਾਨੇ ਵਿੱਚ ਜਿਹੜੇ ਜਨਸੰਘ ਹੁੰਦਾ ਸੀ ਇਹਦੀ ਮਾਦਰੀ ਪਾਰਟੀ ਸੀ, ਉਹ ਤਾਂ ਕਿਸੇ ਵੇਲੇ ਫੈਡਰਲਿਜ਼ਮ ਨੂੰ ਇਹ ਤੋੜ ਕੇ 5 ਹਿੱਸਿਆਂ ਵਿੱਚ ਵੰਡਣਾ ਚਾਹੁੰਦੇ ਸੀ ਕਿ ਸਾਰੇ ਹਿੰਦੁਸਤਾਨ ਦੇ 5 ਜ਼ੋਨ ਬਣਾ ਦਿੱਤੇ ਜਾਣ ਔਰ ਸੂਬਿਆਂ ਦੇ ਹੀ ਖਿਲਾਫ ਸੀ। ਪਰ ਖੁਸ਼ਕਿਸਮਤੀ ਸਾਡੀ ਮੈਂ ਸਮਝਦਾ ਕਿ ਸਾਡੀ ਜਿਹੜੀ ਸੁਪਰੀਮ ਕੋਰਟ ਹੈ ਉਹਨੇ ਵੱਖ ਵੱਖ ਜਿਹੜੀਆਂ ਜੱਜਮੈਂਟਸ ਦਿੱਤੀਆਂ ਉਹਦੇ ਵਿੱਚ ਇਹ ਸਪਸ਼ਟ ਕੀਤਾ ਹੈ ਕਿ ਸੰਵਿਧਾਨ ਦਾ ਇੱਕ ਫੰਡਾਮੈਂਟਲ ਰੂਪ ਹੈ, ਉਹਦੇ ਕੁਝ ਫੀਚਰਸ ਹੈ, ਉਹਦੇ ਵਿੱਚ ਜਿਹੜੇ ਫੀਚਰ ਹਨ, ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸੰਵਿਧਾਨ ਹੈ, ਫੰਡਾਮੈਂਟਲ ਰਾਈਟਸ ਹੈ, ਤੇ ਉਹਦੇ ਵਿੱਚ ਸੰਘੀ ਢਾਂਚਾ ਜਿਹੜਾ ਹੈਗਾ ਉਹਨੂੰ ਵੀ ਸ਼ਾਮਿਲ ਕੀਤਾ ਗਿਆ, ਉਸਨੂੰ ਫੰਡਾਮੈਂਟਲ ਫੀਚਰ ਗਰਦਾਨਿਆ ਗਿਆ ਹੈ। ਸੋ ਫੰਡਾਮੈਂਟਲ ਫੀਚਰ ਨੂੰ ਤੋੜਿਆ ਤੇ ਨਹੀਂ ਜਾ ਸਕਦਾ, ਉਹਨੂੰ ਕਮਜ਼ੋਰ ਜ਼ਰੂਰ ਕੀਤਾ ਜਾ ਸਕਦਾ ਹੈ ਔਰ ਕਮਜ਼ੋਰ ਕਰਨ ਦਾ ਯਤਨ ਇਹ ਅੱਜ ਤੋਂ ਨਹੀਂ, ਮੈਂ ਸਮਝਦਾ ਕਿ ਮੁੱਢ ਤੋਂ ਹੀ ਕੇਂਦਰ ਦੇ ਵਿੱਚ ਸ਼ਾਸਨ ਕਰਨ ਵਾਲੀਆਂ ਜਿਹੜੇ ਵੀ ਸਰਕਾਰਾਂ ਹਨ ਉਹ ਕਰਦੀਆਂ। ਔਰ ਖਾਸ ਕਰਕੇ ਰੰਧਾਵਾ ਸਾਹਿਬ, ਖਾਸ ਕਰਕੇ ਉਹ ਸੂਬੇ ਜਿਨ੍ਹਾਂ ਦੇ ਵਿੱਚ ਮਾਈਨੋਰਿਟੀਜ਼
ਵਧੇਰੇ ਮੈਜੋਰਿਟੀ ਵਿੱਚ ਆਪਾਂ ਕਹੀਏ ਜੀ, ਔਰ ਜਿੱਥੇ ਕਲਚਰਲ ਵੱਖਰਪਣ ਵਾਲੀਆਂ ਜਿਹੜੀਆਂ ਹਾਣੀਆਂ ਕਲਚਰਲ ਨਵੇਕਲੇਪਣ ਵਾਲੇ ਜਿਹੜੇ ਲੋਕ ਵਧੇਰੇ ਰਹਿੰਦੇ ਆ ਉਹਨਾਂ ਵਾਸਤੇ ਖਤਰਨਾਕ ਹੈ। ਕਿਉਂਕਿ ਪੰਜਾਬ ਹੋਵੇ ਚਾਹੇ ਤਾਮਿਲਨਾਡੂ ਹੋਵੇ ਚਾਹੇ ਨਾਰਥ ਈਸਟ ਹੋਵੇ, ਉੱਥੇ ਖਾਸ ਕਿਸਮ ਦੀ ਇੱਕ ਸਾਡੀ ਪਹਿਚਾਣ ਹੁੰਦੀ ਹੈ, ਕਲਚਰਲ ਪਹਿਚਾਣ, ਖਾਸ ਕਿਸਮ ਦਾ ਇਤਿਹਾਸਿਕ ਪਿਛੋਕੜ ਹੁੰਦਾ, ਖਾਸ ਕਿਸਮ ਦੀਆਂ ਰੀਝਾਂ। ਜੇ ਇਸ ਪਿਛੋਕੜ ਨੂੰ ਔਰ ਰੀਝਾਂ ਨੂੰ ਧਿਆਨ ਵਿੱਚ ਨਾ ਰੱਖਿਆ ਜਾਏ ਤੇ ਉੱਥੇ ਸਮੱਸਿਆ ਵਧੇਰੇ ਗੰਭੀਰ ਹੋ ਜਾਂਦੀ ਹੈ ਰੰਧਾਵਾ ਸਾਹਿਬ। ਸੋ ਇਸ ਕਰਕੇ ਮੈਂ ਸਮਝਦਾ ਕਿ ਹਰ ਉਹ ਐਕਟ ਜਿਹੜਾ ਫੈਡਰਲਿਜ਼ਮ ਨੂੰ ਵੀਕਨ ਕਰਦਾ, ਕਮਜ਼ੋਰ ਕਰਦਾ, ਉਹਦੇ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਸਾਡੇ ਵਰਗੇ ਸੂਬਿਆਂ ਦੇ ਵਿੱਚ, ਸਾਡੇ ਵਰਗੀਆਂ ਜਮਾਤਾਂ ਨੂੰ। ਮੇਰੀ ਸਮਝ ਹੈ। ਡਾਕਟਰ ਸਾਹਿਬ ਧੰਨਵਾਦ। ਮੈਂ ਡਾਕਟਰ ਅਮਰਜੀਤ ਗਰੇਵਾਲ ਜੀ ਵੱਲ ਜਾਊਂਗਾ। ਡਾਕਟਰ ਸਾਹਿਬ ਮੈਨੂੰ ਇਹ ਜ਼ਰੂਰ ਦੱਸੋ ਕਿ ਕੇਂਦਰ ਮਜ਼ਬੂਤ ਹੋ ਰਿਹਾ ਔਰ ਸੂਬੇ ਜਿਹੜੇ ਆ ਉਹ ਨਤਾਣੇ ਨਮਾਣੇ ਹੋ ਰਹੇ। ਜਿਹੜੀਆਂ ਸੂਬਿਆਂ ਦੇ ਵਿੱਚ ਪਾਰਟੀਆਂ ਸੀਗੀਆਂ ਜਿਹੜੀਆਂ ਯੁੱਧ ਲੜਦੀਆਂ ਸੀ, ਸੰਘਰਸ਼ ਕਰਦੀਆਂ ਸੀ, ਕਦੇ ਕੋਈ ਸਮਾਂ ਸੀਗਾ ਜਦੋਂ ਸਾਰੀਆਂ ਖੇਤਰੀ ਪਾਰਟੀਆਂ ਇਕੱਠੀਆਂ ਹੋ ਜਾਂਦੀਆਂ ਸੀ ਇਹਨਾਂ ਮੁੱਦਿਆਂ ਦੇ ਉੱਤੇ। ਜਿਹੜਾ ਅਕਾਲੀ ਦਲ ਹੈ ਉਹ ਵੀ ਆਨੰਦਪੁਰ ਸਾਹਿਬ ਮਤੇ ਦੀ ਜ਼ਰੂਰ ਨੂੰ ਦੇਖਦੇ ਆ ਜਾਂ ਹੋਰ ਵੀ ਮੌਕਿਆਂ ਦੇ ਅੰਦੋਲਨ ਦੇਖਦੇ ਆ, ਐਮਰਜੈਂਸੀ ਦੇ ਖਿਲਾਫ਼ ਵੀ ਗੱਲ ਹੁੰਦੀ ਹੈ, ਤੇ ਉਹ ਕੇਂਦਰ ਦੇ ਖਿਲਾਫ਼ ਖੜਦਾ ਹੈ ਕਿਉਂਕਿ ਉਹ ਸੂਬਿਆਂ ਦੀ ਖੁਦਮੁਖਤਾਰੀ ਦੀ ਗੱਲ ਕਰਦਾ, ਵੱਧ ਅਧਿਕਾਰਾਂ ਦੀ ਗੱਲ ਕਰਦਾ। ਅੱਜ ਦੇ ਦਿਨ ਦੇ ਵਿੱਚ ਸ਼ਾਇਦ ਉਸ ਤਰ੍ਹਾਂ ਦੀ ਸਾਡੀ ਨਾ ਤਾਂ ਸਪਿਰਿਟ ਬਚੀ ਆ, ਨਾ ਲੋਕਾਂ ਦੇ ਵਿੱਚ ਮਾਦਾ ਹੈ, ਨਾ ਕੋਈ ਬਹੁਤੇ ਸਵਾਲ ਉਠਾਉਂਦਾ ਹੈ, ਤੇ ਪਾਰਟੀਆਂ ਵੀ ਦਿਨ ਕੱਟੀ ਕਰਦੀਆਂ ਸਿਰਫ ਵੋਟਾਂ ਜਿੰਨਾ ਜੁਗਾੜ ਕਰਦੀਆਂ। ਜਿਹੜਾ ਸਵਾਲ ਤੁਹਾਡੇ ਨਾਲ ਚੱਲਦਾ ਪਿਆ ਸੀਗਾ ਉਹ ਅਹਿਮ ਸੀਗਾ ਕਿ ਜੇ ਇਹਨਾਂ ਨੇ ਇਸੇ ਹੀ ਦਿਸ਼ਾ ਦੇ ਵਿੱਚ ਅੱਗੇ ਰੂਪਮਾਨ ਹੋਣਾ, ਇਹ ਗਤੀ ਇਵੇਂ ਹੀ ਚੱਲਣੀ ਆ, ਇਹ ਆਰਡੀਨੈਂਸ ਕੱਲ ਨੂੰ ਬਿੱਲ ਬਣ ਜਾਣੇ ਆ, ਸੰਵਿਧਾਨ ਦਾ ਰੂਪ ਹੋ ਜਾਣੇ ਆ, ਪ੍ਰਾਈਵੇਟ ਮੰਡੀਆਂ ਨੇ ਆ ਜਾਣਾ, ਇਹ ਸਭ ਕੁਝ ਇਵੇਂ ਹੀ ਚੱਲਣਾ, ਤੇ ਫਿਰ ਪੰਜਾਬ ਨੂੰ ਪ੍ਰਭਾਸ਼ਿਤ ਕਿਵੇਂ ਕਰਾਂਗੇ ਅਸੀਂ? ਕਿਉਂਕਿ ਹੁਣ ਤੱਕ ਸੰਗਠਿਤ ਮੰਡੀ ਦੇ ਦੌਰ ਦੇ ਵਿੱਚ ਜੀਨੇ ਆ ਜਿਹਦੇ ਵਿੱਚ ਅਸੀਂ ਝੋਨਾ ਕਣਕ ਲਾ ਕੇ ਵੇਚ ਕੇ ਘਰ ਨੂੰ ਆ ਜਾਂਦੇ ਹਾਂ ਪੱਲਾ ਝਾੜ ਕੇ, ਉਹ ਸਾਨੂੰ ਨੁਕਸਾਨ ਵੀ ਹੋਏ ਆ। ਲੇਕਿਨ ਜਦੋਂ ਅਸੀਂ ਇਸ ਰਵਾਇਤੀ ਜੀਵਨ ਜਾਚ ਤੋਂ ਇੱਕ ਨਵੇਂ ਤੌਰ ਤਰੀਕਿਆਂ ਵੱਲ ਜਾਵਾਂਗੇ ਜਿੱਥੇ ਹੋ ਸਕਦਾ ਅਸੀਂ ਮੰਡੀ ਚ ਰੋਲੀਏ ਵੀ ਜਿੱਥੇ ਸਾਡੀ ਫਸਲ ਦਾ ਮੁੱਲ ਵੀ ਨਾ ਪਵੇ, ਉਹ ਕੌਡੀਆਂ ਦੇ ਭਾਅ ਵੀ ਜਾ ਸਕਦੀ ਹੈ ਤੇ ਸਾਨੂੰ ਕਿਤੇ ਫਾਇਦਾ 5% ਫਾਇਦੇ ਦੀ ਵੀ ਸੋਚ ਸਕਦੇ ਹਾਂ। ਸੋ ਇਹਨਾਂ ਹਾਲਾਤਾਂ 'ਚ ਜੇ ਕੇਂਦਰ ਪਿਛਾਂ ਹੋਣਾ ਹੀ ਨਹੀਂ ਤੇ ਅਸੀਂ ਆਪਣੀ ਜੀਵਨ ਜਾਚ ਕਿਵੇਂ ਵਿਉਂਤੀ ਹੈ? ਥੈਂਕ ਯੂ ਰੰਧਾਵਾ ਸਾਹਿਬ। ਇਹਦੇ ਬਾਰੇ ਜਿਵੇਂ ਡਾਕਟਰ ਕੇਰ ਸਿੰਘ ਹੁਣਾਂ ਨੇ ਗੱਲਬਾਤ ਕੀਤੀ ਆ, ਮੈਂ ਉਹਨਾਂ ਦੀਆਂ ਗੱਲਾਂ ਨਾਲ ਬਹੁਤ ਸਹਿਮਤ ਹਾਂ, ਪਰ ਕੁਛ ਕੁਐਸਚਨਸ ਨੇ। ਜਿਵੇਂ ਤੁਸੀਂ ਕਿਹਾ ਕਿ ਜਿਹੜੀਆਂ ਪੋਲੀਟੀਕਲ ਪਾਰਟੀਜ਼ ਜਿਵੇਂ ਸ਼੍ਰੋਮਣੀ ਅਕਾਲੀ ਦਲ ਆ ਜਾਂ ਸਾਊਥ ਦੀਆਂ ਪਾਰਟੀਜ਼ ਨੇ ਜਾਂ ਹੋਰ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਜ਼ ਨੇ, ਰੀਜਨਲ ਪਾਰਟੀਜ਼ ਨੇ, ਉਹਨਾਂ ਨੇ ਹਮੇਸ਼ਾ ਹੀ ਜਿਹੜਾ ਫੈਡਰਲ ਢਾਂਚਾ ਉਹਦੇ ਲਈ ਸਟਰਗਲ ਕੀਤੀ ਹੈ। ਹੌਲੀ ਹੌਲੀ ਉਹ ਜਿਹੜੀ ਸਟਰਗਲ ਆ ਉਹ ਮੱਧਮ ਪੈਂਦੀ ਚਲੇਗੀ। ਹੁਣ ਕੋਈ ਵੀ ਪਾਰਟੀ ਇਸ ਲੈਵਲ ਤੱਕ ਸਟਰਗਲ ਕਰਨ ਵਾਸਤੇ ਤਿਆਰ ਨਹੀਂ ਹੈ। ਇਹਦੇ ਪਿੱਛੇ ਕੀ ਕਾਰਨ ਹੈ? ਜਦੋਂ ਮੈਂ ਗੱਲ ਸੋਚਦਾ, ਇਹ ਤੁਹਾਡਾ ਪਹਿਲਾ ਕੁਐਸਚਨ ਇਹ ਹੈਗਾ, ਮੈਂ ਸਭ ਤੋਂ ਪਹਿਲਾਂ ਇਹਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕਰਾਂਗਾ। ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਨੇ ਜਿਵੇਂ ਤੁਸੀਂ ਕਿਹਾ, ਉਹ ਸਿਰਫ ਦਿਖਾਵੇ ਲਈ ਜਿਹੜਾ ਕੇਂਦਰਵਾਦ ਆ ਉਹਦੇ ਵਿਰੁੱਧ ਭੁਗਤਦੀਆਂ ਨੇ। ਅੰਦਰੋਂ ਉਹ ਸਾਰੀਆਂ ਹੀ ਪਾਰਟੀਆਂ ਕੇਂਦਰਵਾਦ ਦੀਆਂ ਹਮਾਇਤੀ। ਜੇ ਕੋਈ ਇੱਕ ਪੋਲੀਟੀਕਲ ਪਾਰਟੀ ਇੱਕ ਸੂਬੇ ਤੱਕ ਨਿਸ਼ਚਿਤ ਆ ਤਾਂ ਉਹ ਆਪਣੇ ਸੂਬੇ ਦੇ ਵਿੱਚ ਜਿਹੜੀਆਂ ਲੋਕਲ ਬਾਡੀਜ਼ ਨੇ, ਪੰਚਾਇਤਾਂ ਨੇ, ਮਿਊਂਸੀਪਲ ਕਾਰਪੋਰੇਸ਼ਨ ਨੇ, ਉਹਨਾਂ ਨੂੰ ਬਿਲਕੁਲ ਹੀ ਅਧਿਕਾਰ ਨਹੀਂ ਦਿੱਤੀਆਂ, ਉਹਨੇ ਵੀ ਅਧਿਕਾਰ ਦੇਣ ਲਈ ਤਿਆਰ ਨਹੀਂ ਜਿੰਨਾ ਸੈਂਟਰ ਸਟੇਟਸ ਨੂੰ ਦਿੱਤਾ। ਸੋ ਮਤਲਬ ਇੱਕ ਤਾਂ ਇਹ ਬਹੁਤ ਵੱਡੀ ਗੱਲ ਆ ਕਿ ਜਿਹੜਾ ਜਦੋਂ ਅਸੀਂ ਫੈਡਰਲ ਢਾਂਚੇ ਬਾਰੇ ਸੋਚਦੇ ਹਾਂ ਤਾਂ ਸਾਨੂੰ ਸਿਰਫ ਸਟੇਟਾਂ ਦੇ ਵੱਧ ਅਧਿਕਾਰਾਂ ਤੱਕ ਸੀਮਤ ਰਹਿ ਕੇ ਨਹੀਂ ਸੋਚਣਾ ਚਾਹੀਦਾ, ਸਾਨੂੰ ਟੋਟਲ ਮਤਲਬ ਜਿਹੜੀ ਡੀਸੈਂਟਰਲਾਈਜੇਸ਼ਨ ਆਫ ਪਾਵਰ ਹੈਗੀ ਆ ਉਹ ਗ੍ਰਾਸ ਰੂਟ ਥੱਲੇ ਤੱਕ ਲੈ ਕੇ ਜਾਣ ਦੀ ਲੋੜ ਪੈਗੀ। ਇਸ ਇਕਾਨਮੀ ਇਹ ਇਕਾਨੋਮੀ ਲਈ ਵੀ ਬਹੁਤ ਜ਼ਰੂਰੀ ਆ ਤੇ ਇਹ ਮਤਲਬ ਕਲਚਰ ਲਈ ਵੀ ਬਹੁਤ ਜ਼ਰੂਰੀ ਆ। ਅਸੀਂ ਮਤਲਬ ਕਲਚਰ ਇਹ ਨਹੀਂ ਹੈ ਕਿ ਕਲਚਰ ਸਾਰੇ ਪੰਜਾਬ ਦੀ ਇੱਕੋ ਹੀ ਕਲਚਰ ਆ, ਪੰਜਾਬ ਦੇ ਪੰਜਾਬ ਵੀ ਇੱਕ ਕਲਚਰਸ ਨੇ ਬਹੁਤ ਸਾਰੇ, ਉਹਨਾਂ ਨੂੰ ਅਸੀਂ ਕਿੰਨੇ ਕੁ ਅਧਿਕਾਰ ਉਹਨਾਂ ਨੂੰ ਕਿੰਨੇ ਕੁ ਦਿੰਦੇ ਹਾਂ। ਸੋ ਜਦੋਂ ਅਸੀਂ ਡੀਸੈਂਟਰਲਾਈਜੇਸ਼ਨ ਬਾਰੇ ਸੋਚਣਾ ਤਾਂ ਸਿਰਫ ਇਹੀ ਨਹੀਂ ਕਿ ਅਸੀਂ ਜੀਓਗ੍ਰਾਫੀਕਲ ਡੀਸੈਂਟਰਲਾਈਜੇਸ਼ਨ ਬਾਰੇ ਸੋਚਣਾ, ਬਹੁਤ ਸਾਰੀਆਂ ਧਿਰਾਂ ਐਸੀਆਂ ਨੇ ਜਿਹੜੀਆਂ ਮਾਰਜਨਲਾਈਜ਼ ਹੋ ਜਾਂਦੀਆਂ। ਜਦੋਂ ਅਸੀਂ ਪੰਜਾਬ ਨੂੰ ਦੇਖਦੇ ਹਾਂ, ਪੰਜਾਬ ਦੀ ਇਕੋਨੋਮੀ ਨੂੰ ਦੇਖਦੇ ਹਾਂ, ਪੰਜਾਬ ਦੇ ਪੋਲੀਟੀਕਲ ਸਟਰਕਚਰ ਨੂੰ ਦੇਖਦੇ ਹਾਂ ਤਾਂ ਅਸੀਂ ਇਹ ਦੇਖਦੇ ਹਾਂ ਕਿ ਉੱਥੇ ਸਰਟਨ ਜਿਹੜੀਆਂ ਧਿਰਾਂ ਨੇ ਉਹਨਾਂ ਦੀ ਹਮੇਸ਼ਾ ਹੀ ਡੋਮੀਨੈਂਸ ਰਹੀ ਹੈ। ਜਿਵੇਂ ਮੈਂ ਸਿੰਪਲ ਗੱਲ ਕਹਾਂ ਕਿ ਪੰਜਾਬ ਦੇ ਵਿੱਚ ਜੱਟ ਸਿੱਖ ਜਿਹੜੇ ਆ ਉਹ ਵੀ ਜਿਹੜਾ ਰਿਚ ਪੀਸੈਂਟਰੀ ਆ ਉਹਦੀ ਡੋਮੀਨੈਂਸ ਰਹੀ ਆ, ਚਾਹੇ ਉਹ ਡੋਮੀਨੈਂਸ ਸਿਰਫ ਅਕਾਲੀ ਦਲ ਚ ਨਹੀਂ ਰਹੀ, ਉਹ ਕਾਂਗਰਸ ਚ ਵੀ ਰਹੀ ਆ, ਉਹ ਬਾਕੀ ਪੋਲੀਟੀਕਲ ਪਾਰਟੀਜ਼ ਦੇ ਵਿੱਚ ਵੀ ਰਹੀ।
ਕਿਹਾ ਉਹਦੇ ਨਾਲ ਕੀ ਹੈ ਕਿ ਜਿਹੜੀਆਂ ਬਾਕੀ ਬਹੁਤ ਸਾਰੀਆਂ ਧਿਰਾਂ ਨੇ ਉਹ ਮਾਰਜਨਲਾਈਜ਼ ਹੋ ਜਾਂਦੀਆਂ ਨੇ ਜਿਹੜੀ ਐਲੋਕੇਸ਼ਨ ਆਫ ਰਿਸੋਰਸਿਸ ਆ ਉਹ ਵੀ ਉਸੇ ਹਿਸਾਬ ਨਾਲ ਹੁੰਦੀ ਆ ਜਿਹਦੇ ਨਾਲ ਆਪਾਂ ਜਦੋਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਐਗਰੀਕਲਚਰ ਲਈ ਤਾਂ ਬਹੁਤ ਕੁਛ ਕੀਤਾ ਗਿਆ ਭਾਵੇਂ ਉਹ ਇਲ ਪਲੈਨਿੰਗ ਕਰਕੇ ਐਗਰੀਕਲਚਰ ਦੀ ਅਸੀਂ ਡਿਵੈਲਪਮੈਂਟ ਨਹੀਂ ਪ੍ਰੋਪਰਲੀ ਕਰ ਸਕੇ ਔਰ ਐਗਰੀਕਲਚਰ ਦੀ ਡਿਵੈਲਪਮੈਂਟ ਦੇ ਜਿਹੜੇ ਪ੍ਰੋਡਕਟਿਵਿਟੀ ਗੇਨਸ ਨੇ ਉਹ ਵੀ ਆਮ ਲੋਕਾਂ ਤੱਕ ਨਹੀਂ ਪਹੁੰਚ ਸਕੇ ਪਰ ਜਿਹੜੀਆਂ ਦੂਸਰੀਆਂ ਧਿਰਾਂ ਨੇ ਉਹਨਾਂ ਲਈ ਅਸੀਂ ਕੀ ਕੀਤਾ ਅਸੀਂ ਉਹਨਾਂ ਲਈ ਪੰਜਾਬ ਦੇ ਵਿੱਚ ਕੁਛ ਵੀ ਨਹੀਂ ਮਤਲਬ ਕਰ ਸਕੇ ਕੋਈ ਇੰਡਸਟਰੀ ਨਹੀਂ ਡਿਵੈਲਪ ਕਰ ਸਕੇ ਕੋਈ ਜਿਹੜੇ ਬਾਕੀਆਂ ਲਈ ਕੋਈ ਜਿਹੜੇ ਧੰਦੇ ਨੇ ਉਸ ਕਿਸਮ ਦੇ ਡਿਵੈਲਪ ਨਹੀਂ ਕਰ ਸਕੇ ਉਹਨਾਂ ਨੂੰ ਕੋਈ ਟ੍ਰੇਨਿੰਗ ਨਹੀਂ ਦੇ ਸਕੇ ਜਿਹਦੇ ਨਾਲ ਜਿਹੜੀ ਪੰਜਾਬ ਦੀ ਹੋਲਿਸਟਿਕ ਡਿਪਾਰਟਮੈਂਟ ਜਿਹੜੀ ਡਿਵੈਲਪਮੈਂਟ ਆ ਉਹ ਰੁਕੀ ਰਹੀ ਆ ਸੋ ਮੈਂ ਸਮਝਦਾ ਕਿ ਜਿਹੜਾ ਪਹਿਲਾ ਇਹ ਕੁਐਸਚਨ ਆ ਕਿ ਸਾਰਿਆਂ ਨੂੰ ਸਾਰੀਆਂ ਧਿਰਾਂ ਨੂੰ ਸੋਚਣਾ ਚਾਹੀਦਾ ਕਿ ਮੈਂ ਵੱਧ ਤੋਂ ਵੱਧ ਹਰ ਖੇਤਰ ਦੇ ਵਿੱਚ ਹਰ ਧਿਰ ਦੇ ਕੋਲ ਇੱਕ ਉਹਨੂੰ ਡੀਸੈਂਟਰਲਾਈਜ਼ ਕਰਨ ਦੀ ਸਪੇਸ ਹੁੰਦੀ ਹੈ ਜਿੱਥੇ ਉਹ ਹਰ ਇੱਕ ਇੰਡੀਵਿਜੁਅਲ ਨੂੰ ਪਾਰਟਿਸਪੇਟ ਕਰਾ ਕੇ ਆਪਣੇ ਉਸ ਸਿਸਟਮ ਨੂੰ ਡਿਵੈਲਪ ਕਰ ਸਕਦਾ ਜਿਵੇਂ ਮਤਲਬ ਇੱਕ ਵਾਰ ਕਿਸੇ ਨੇ ਗੱਲ ਕਹੀ ਕਿ ਜੇ ਹਿੰਦੁਸਤਾਨ ਨੇ ਡਿਵੈਲਪ ਕਰਨਾ ਮਤਲਬ 2 digits ਦੇ ਵਿੱਚ ਆਪਣਾ ਜਿਹੜਾ ਡਿਵੈਲਪਮੈਂਟ ਆ ਜਿਹੜੀ ਉਹਨੂੰ ਲੈ ਕੇ ਜਾਣਾ ਇਕਨੋਮਿਕ ਗਰੋਥ ਨੂੰ ਤਾਂ ਉਹਨੂੰ ਮਤਲਬ ਸਿਰਫ ਅੰਗਰੇਜ਼ੀ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ ਆਪਣੀ ਜਿਹੜੀ ਡਿਵੈਲਪਮੈਂਟ ਦੀ ਮੀਡੀਅਮ ਲਈ ਉਹਨੂੰ ਰੀਜਨ ਜਿਹੜੀਆਂ ਨੈਸ਼ਨਲ ਲੈਂਗੁਏਜਸ ਨੇ ਉਹਨਾਂ ਦੇ ਵਿੱਚ ਵੀ ਟੈਕਨੋਲੋਜੀ ਤੇ ਐਜੂਕੇਸ਼ਨ ਪ੍ਰੋਵਾਈਡ ਕਰਨੀ ਚਾਹੀਦੀ ਆ ਤਾਂ ਕਿ ਹਰ ਬੰਦੇ ਨੂੰ ਹਰ ਯੰਗ ਪਰਸਨ ਨੂੰ ਪ੍ਰੋਡਕਸ਼ਨ ਪ੍ਰੋਸੈਸ ਦੇ ਵਿੱਚ ਪਾਰਟੀਸਪੇਟ ਕਰਕੇ ਜਿਹੜੀ ਨੈਸ਼ਨਲ ਇਨਕਮ ਆ ਉਹਨੂੰ ਵਧਾਉਣ ਦਾ ਮੌਕਾ ਮਿਲੇ ਸੋ ਮੈਂ ਸਮਝਦਾ ਕਿ ਪਹਿਲੀ ਗੱਲ ਤਾਂ ਇਹੀ ਹੈਗੀ ਆ ਹਾਂ ਮਤਲਬ ਬਿਲਕੁਲ ਮੈਂ ਇਸ ਗੱਲ ਨੂੰ ਚਾਹ ਆਪਾਂ ਇਹ ਕਹਿ ਲਈਏ ਕਿ ਡੀਸੈਂਟਰਲਾਈਜ਼ਡ ਇਨਕਲੂਸਿਵ ਡਿਵੈਲਪਮੈਂਟ ਦਾ ਜਿਹੜਾ ਕਨਸੈਪਟ ਆ ਉਹ ਸਾਨੂੰ ਲੈ ਕੇ ਚਾਹੀਦਾ ਪਹਿਲਾਂ ਇਹ ਮੇਰੀ ਇੱਥੇ ਹਾਂ ਇਹ ਗੱਲ ਮੈਂ ਬਿਲਕੁਲ ਸਮਝਦਾ ਕਿ ਜਿਹੜੀ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਕਲਚਰਲ ਜਿਹੜੀ ਆਈਡੈਂਟੀਟੀਜ਼ ਨੇ ਉਹ ਵੀ ਬਹੁਤ ਇੰਪੋਰਟੈਂਟ ਨੇ ਜਿਹਦੇ ਕਰਕੇ ਜਿਹੜੀਆਂ ਸਟੇਟਸ ਨੇ ਇਨਫੈਕਟ ਅਸੀਂ ਇਹੀ ਸਮਝਦੇ ਰਹੇ ਹੁਣ ਤੱਕ ਕਿ ਜਿਹੜੀ ਹਿੰਦੁਸਤਾਨ ਆ ਉਹ ਡਿਫਰੈਂਟ ਜਿਹੜੀਆਂ ਨੈਸ਼ਨਲ ਕਲਚਰਸ ਨੇ ਜਿਹੜੀਆਂ ਨੈਸ਼ਨਲ ਲੈਂਗੁਏਜਸ ਦੇ ਉੱਤੇ ਬੇਸਡ ਨੇ ਉਹ ਸਾਂਝੇ ਤੌਰ ਤੇ ਰਲ ਕੇ ਇੱਕ ਭਾਰਤ ਦੇਸ਼ ਦੀ ਸਿਰਜਣਾ ਕਰਦੀਆਂ ਨੇ ਪਰ ਅਸੀਂ ਜਿਹੜਾ ਜਦੋਂ ਕਨਸਟੀਟਿਊਸ਼ਨ ਪੜ੍ਹਦੇ ਹਾਂ ਉਹਦੇ ਵਿੱਚ ਇਹੀ ਲਿਖਿਆ ਹੁੰਦਾ ਵੀ ਦਾ ਪੀਪਲ ਆਫ ਇੰਡੀਆ ਸੋ ਇਸ ਕਰਕੇ ਇਹ ਇੱਕ ਕੰਟਰਡਿਕਸ਼ਨ ਤਾਂ ਹੈ ਪਰ ਜਿਹੜੀ ਇਹ ਕਲਚਰਲ ਆਈਡੈਂਟੀਟੀਜ਼ ਵਾਲੀ ਗੱਲ ਆ ਇਹਨੂੰ ਵੀ ਸਾਨੂੰ ਬਹੁਤ ਕਿਉਂਕਿ ਇਹਦੇ ਪਿੱਛੇ ਕਹਾਣੀ ਕੀ ਆ ਕਿਉਂ ਵੀ ਇਹਦੇ ਵੱਲ ਧਿਆਨ ਦਿੱਤਾ ਜਾ ਰਿਹਾ ਹੁਣ ਜੇ ਆਪਾਂ ਕਹੀਏ ਕਿ ਪੰਜਾਬ ਦੀਆਂ ਜਿਹੜੀਆਂ ਰੀਜਨਲ ਪਾਰਟੀਜ਼ ਨੇ ਕੀ ਉਹ ਪੰਜਾਬ ਦੀ ਕਲਚਰ ਪ੍ਰਤੀ ਸੁਚੇਤ ਨੇ ਕੀ ਉਹ ਪੰਜਾਬ ਦੀ ਲੈਂਗੁਏਜ ਪ੍ਰਤੀ ਮਤਲਬ ਸੁਚੇਤ ਨੇ ਜੇ ਅਕਾਲੀ ਦਲ ਨੇ ਆਪਣੀ ਸਰਕਾਰ ਬਣਾਈ ਤਾਂ ਉਹਨੇ ਪੰਜਾਬੀ ਲੈਂਗੁਏਜ ਦਾ ਦੇ ਸਿਰ ਤੇ ਬਣਾਈ ਹੈ ਪਰ ਉਹ ਲੈਂਗੁਏਜ ਨੂੰ ਕਿੰਨਾ ਕੰਸਿਡਰ ਕਰਦੇ ਨੇ ਇੱਕ ਕੁਐਸਚਨ ਮਤਲਬ ਹੈਗਾ ਇਹਦਾ ਕਾਰਨ ਇਹ ਨਹੀਂ ਹੈਗਾ ਕਿ ਉਹ ਕੋਈ ਧੋਖਾ ਕਰ ਰਹੇ ਨੇ ਇਹਦਾ ਕਾਰਨ ਸਿਰਫ ਇਹ ਆ ਕਿ ਅਸੀਂ ਜਿਹੜੇ ਲੋਕ ਜਦੋਂ ਅਸੀਂ ਡਿਵੈਲਪਮੈਂਟ ਦੇ ਮਾਡਲਸ ਬਿਲਡ ਕਰਦੇ ਹਾਂ ਉਹ ਮੇਨਲੀ ਇਕਨੋਮਿਸਟ ਕਰਦੇ ਨੇ ਜੀ ਉਹਦੇ ਵਿੱਚ ਕੀ ਆ ਕਿ ਅਸੀਂ ਕਲਚਰ ਦਾ ਕੰਪੋਨੈਂਟ ਹੀ ਭੁੱਲ ਜਾਂਦੇ ਸਾਨੂੰ ਇਹ ਲੱਗਦਾ ਕਿ ਸਾਰੇ ਸਮੱਸਿਆਵਾਂ ਦੀ ਜਿਹੜੀ ਹੱਲ ਆ ਜਿਹੜਾ ਸਾਰੇ ਸਮੱਸਿਆਵਾਂ ਦਾ ਉਹ ਇਕਾਨੋਮੀ ਦੇ ਵਿੱਚ ਹੀ ਪਿਆ ਹੋਇਆ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਅਸੀਂ ਜਿਹੜੀ ਮਾਇੰਡ ਦੀ ਕੰਸਟਰਕਸ਼ਨ ਆ ਉਹ ਇਕਾਨੋਮੀ ਨੇ ਨਹੀਂ ਕਰਨੀ ਮਾਇੰਡ ਦੀ ਕੰਸਟਰਕਸ਼ਨ ਉਹਨਾਂ ਕਹਾਣੀਆਂ ਕਥਾ ਕਹਾਣੀਆਂ ਨੇ ਕਰਨੀਆਂ ਉਹਨਾਂ ਡਿਸਕੋਰਸਿਸ ਨੇ ਕਰਨੀਆਂ ਜਿਹੜੇ ਸਾਡੇ ਸਮਾਜ ਦੇ ਵਿੱਚ ਸਰਕੂਲੇਟ ਹੁੰਦੇ ਨੇ ਉਹਨਾਂ ਨੂੰ ਸਰਕੂਲੇਟ ਜਿਹੜਾ ਕਰਨਾ ਉਹ ਕਲਚਰ ਦੀ ਜ਼ਿੰਮੇਵਾਰੀ ਆ ਸੋ ਅਸੀਂ ਸਾਡਾ ਜਿਹੜੀ ਸਮਝ ਆ ਮਤਲਬ ਡਿਵੈਲਪਮੈਂਟ ਦੇ ਪ੍ਰੋਸੈਸ ਪ੍ਰਤੀ ਉਹ ਵੀ ਬਹੁਤ ਅਧੂਰੀ ਆ ਜਿਹਦੇ ਕਰਕੇ ਅਸੀਂ ਇਹ ਜਿਹੜਾ ਤੁਸੀਂ ਸਵਾਲ ਕੀਤਾ ਸੀਗਾ ਕਿ ਅਸੀਂ ਬਹੁਤ ਹੀ ਜ਼ਿਆਦਾ ਇਹਨਾਂ ਗੱਲਾਂ ਪ੍ਰਤੀ ਅਨਅਵੇਅਰ ਹੋ ਗਏ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਗੱਲ ਕਰਾਂਗਾ ਕਿ ਪੰਜਾਬ ਦੀ ਐਗਰੀਕਲਚਰ ਦੇ ਉੱਤੇ ਕਿਵੇਂ ਫਰਕ ਪਿਆ ਗ੍ਰੀਨ ਰੈਵੋਲਿਊਸ਼ਨ ਦੇ ਵਿੱਚ ਪੰਜਾਬ ਦੀ ਜਿਹੜੀ ਐਗਰੀਕਲਚਰ ਆ ਉਹਦੇ ਹੋਰ ਬਹੁਤ ਸਾਰੇ ਕਾਰਨਾਂ ਤੋਂ ਪਿੱਛੋਂ ਜਿਵੇਂ ਕਿ ਜਿਹੜੀ ਲੈਂਡ ਰਿਫੋਰਮਸ ਹੋਏ ਜਿਹਨੂੰ ਆਪਾਂ ਮਰੱਬੇਬੰਦੀ ਕਹਿੰਦੇ ਹਾਂ ਫਿਰ ਇਰੀਗੇਸ਼ਨ ਦਾ ਬੜਾ ਜ਼ਬਰਦਸਤ ਉਹ ਮਰੱਬੇਬੰਦੀ ਕਾਰਨ ਹੀ ਅਸੀਂ ਇਰੀਗੇਸ਼ਨ ਸਿਸਟਮ ਡਿਵੈਲਪ ਕਰ ਸਕੇ ਤੇ ਅਸੀਂ ਮਤਲਬ ਬਹੁਤ ਸਾਰੇ ਹੋਰ ਮੇਜਰਸ ਲੈ ਉਹ ਤੋਂ ਬਿਨਾਂ ਐਗਰੀਕਲਚਰ ਯੂਨੀਵਰਸਿਟੀ ਦਾ ਵੀ ਬੜਾ ਰੋਲ ਸੀ ਔਰ ਸਾਰੀਆਂ ਹਿੰਦੁਸਤਾਨ ਦੀਆਂ ਜਿਹੜੀਆਂ ਸਟੇਟਸ ਨੇ ਉਹਨਾਂ ਨੂੰ ਸਟੇਟ ਐਗਰੀਕਲਚਰ ਯੂਨੀਵਰਸਿਟੀਜ਼ ਪ੍ਰੋਵਾਈਡ ਕੀਤੀਆਂ ਨੇ SAUs ਕਹਿੰਦੇ ਹਾਂ ਸਟੇਟ ਐਗਰੀਕਲਚਰ ਯੂਨੀਵਰਸਿਟੀਜ਼ ਅੱਛਾ ਉਹਨਾਂ ਨੇ ਉੱਥੇ ਬਹੁਤ ਵਧੀਆ ਢੰਗ ਨਾਲ ਆਪੋ ਆਪਣੇ ਇਲਾਕਿਆਂ ਦੇ ਵਿੱਚ ਐਗਰੀਕਲਚਰ ਦੀ ਡਿਵੈਲਪਮੈਂਟ ਕੀਤੀ ਜਿਵੇਂ ਕਿ ਅਸੀਂ ਪੰਜਾਬ 'ਚ ਦੇਖਦੇ ਹਾਂ
एक फिर टाइम आया जदों मतलब गवर्नमेंट ऑफ इंडिया ने इन यूनिवर्सिटीज के मुकाबले नैशनल इंस्टीट्यूट बनाने शुरू करते और जोड़े रिसोर्स एसएयूज तो नैशनल इंस्टीट्यूट वालों डाइवर्ट करते जिस तुम बाद सारे हिंदुस्तान दिया डिफरेंट स्टेट्स अपने लैवल से एग्रीकल्चर की डिवेलपमेंट कर दी सी उन्होंने को मौके खोले गए तो जिदे असी नवी जी ग्रीन रेवोल्यूशन या नव एक लैके आना सी कोई प्रोजेक्ट ये कि असी किमें हूँ दोबारा नवे सिरे तो किमें एग्रीकल्चर बिल्ड कर सकते हैं वो साढ़े को खुस गया क्योंकि साढ़े को सारा कुछ लैके वो केंद्रीय जेडे सेंट्रल इंस्टीट्यूट से उन्होंने को चलिया गया। मैं तो परतना डॉक्टर गरेवाल तुम गल टिकाने लें है मैं डॉक्टर राजेंद्रपाल बराड़ जी को जाना है। बराड़ साहब जिवें असी खेतरी विभिन्नता साड़ी है सभ्याचारक विभिन्नता है ये साढ़े कल्चरल का भेड भी है साड़ी जिहड़ी अनेकता सीगी उहदे विच साढ़े एक होण दे भी काफ़ी चांस होंदे एक कॉम्पीटिशन सी मुकाबला सी साढ़े पंजाबियां दे कल्चर नूं वाहवा सारे देश दे विच एक जोश वाला मन्निया गया लेकिन हौली हौली असी दरिया जोड़न की गल कर ली असी पछाई नजरिए तो गल शुरू करती असी राष्ट्रवाद की गल शुरू करके असी खेतरी पछाण नूं धुंधला करन दे आर च लगे हुए हैं। वह कांग्रेस चुप चुपीते करती सी ते हुण वाले जिहड़े आ उह रौला पा के करदे आ। दूजे बन्ने जिन्हां धिरां ने साडे लई इत्थे जूझणा सी लड़ना सी खलोणा सी उह उहनां दा टूल बन गए जिवें डॉक्टर साहब ने बड़ी प्यारी गल कीती है कि जिहड़ा अपने घरे सत्ता दे विकेंद्रीकरण दे हक च नहीं उहदे लई लड़दा फिरे ते गल मजाक जिहा बन जांदी। सो मैं तुहानूं इह पुछदा हां कि आखिर जे साडे गल लड़ाई पै गई असीं अगे लड़ाइयां खट्टी लई नहीं लड़ियां साडे कोल बहुत नुकसान होए जे सानूं इन्हां परिस्थितियां च जीणा पैंदा है ते पंजाबी जन जीवन की इहदे लई तैयार आ असीं किसे नवीं तब्दीली लई अपने आप नूं तैयार कर सकांगे कि जे केंद्र दी अपनी सोच इही रही ते साडे सामने राह की होणगे ਤੁਸੀਂ ਬੜੇ ਹੀ ਬਰੀਕੀ ਨਾਲ ਬੜੇ ਪੱਖਾਂ ਨੂੰ ਨਿਹਾਰਦੇ ਹੋ ਰੋਜ਼। ਪਹਿਲੀ ਗੱਲ ਤਾਂ ਰੰਧਾਵਾ ਸਾਹਿਬ ਇਹ ਕਿ ਬਹੁਤ ਚੰਗੇ ਢੰਗ ਨਾਲ ਸਿਧਾਂਤਕ ਪੱਧਰ ਤੇ ਕੀ ਸੈਂਟਰ ਸਟੇਟ ਰਿਲੇਸ਼ਨਸ਼ਿਪ ਨੇ ਇਹਨਾਂ ਬਾਰੇ ਕੇਹਰ ਸਿੰਘ ਜੀ ਨੇ ਗੱਲ ਕਰ ਦਿੱਤੀ ਤੇ ਪੰਜਾਬ ਦੀ ਆਰਥਿਕਤਾ ਉੱਤੇ ਤੇ ਇਹਦੇ ਜ਼ਿੰਦਗੀ ਉੱਤੇ ਕੀ ਪ੍ਰਭਾਵ ਪੈਣਾ ਉਹ ਗੱਲ ਬਹੁਤ ਚੰਗੇ ਢੰਗ ਨਾਲ ਗਰੇਵਾਲ ਸਾਹਿਬ ਨੇ ਗੱਲ ਕਰ ਦਿੱਤੀ। ਮੇਰਾ ਸਿਰਫ ਇਹ ਹੈ ਕਿ ਦੋ ਜਿਹੜੇ ਸੰਕਲਪ ਸਿਧਾਂਤਕ ਪੱਧਰ ਤੇ ਵੀ ਆ ਸਾਡੇ ਕੋਲੇ ਇੱਕ ਗਲੋਬਲਾਈਜੇਸ਼ਨ ਦਾ ਤੇ ਇੱਕ ਲੋਕਲਾਈਜੇਸ਼ਨ ਦਾ। ਕਈ ਵਾਰ ਇਹ ਲੱਗਦਾ ਹੈ ਕਿ ਅਸੀਂ ਤੇਜ਼ੀ ਨਾਲ ਗਲੋਬਲ ਹੋ ਰਹੇ ਹਾਂ ਤੇ ਕਈ ਵਾਰ ਲੱਗਦਾ ਹੈ ਕਿ ਨਹੀਂ ਲੋਕਲ ਹੋਏ ਬਗੈਰ ਸਾਡੀਆਂ ਸਮੱਸਿਆਵਾਂ ਦਾ ਹੱਲ ਨਹੀਂ ਆ ਤੇ ਇਹ ਜਿਹੜੀ ਕੇਂਦਰਵਾਦੀ ਪਾਰਟੀ ਆ ਉਹਨੂੰ ਵੀ ਜਦੋਂ ਲੋੜ ਲੱਗਦੀ ਆ ਉਦੋਂ ਉਹ ਲੋਕਲ ਦੀ ਗੱਲ ਕਰਦੀ ਹੈ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਦਿਨਾਂ ਦੇ ਵਿੱਚ ਨਾਰਾ ਦਿੱਤਾ ਕਿ ਅਸੀਂ ਲੋਕਲ ਆਤਮ ਨਿਰਭਰ ਬਣਾਂਗੇ ਸੰਸਾਰ ਨਾਲੋਂ ਟੁੱਟ ਕੇ ਆਤਮ ਨਿਰਭਰ ਬਣਨਾ ਅਸੰਭਵ ਆ ਤੇ ਇਸੇ ਤਰ੍ਹਾਂ ਹੀ ਦੇਸ਼ ਨਾਲੋਂ ਟੁੱਟ ਕੇ ਕੋਈ ਪੰਜਾਬ ਦਾ ਆਤਮ ਨਿਰਭਰ ਬਣਨਾ ਵੀ ਸੰਭਵ ਨਹੀਂ ਪਰ ਇਹਦਾ ਇਹ ਅਰਥ ਵੀ ਨਹੀਂ ਕਿ ਜਿਹੜੀਆਂ ਵੀ ਸਾਡੀਆਂ ਸਥਾਨਕ ਆਸ਼ਾਵਾਂ ਨੇ ਜਾਂ ਸਥਾਨਕ ਵਸਤਾਂ ਦਾ ਅਸੀਂ ਉਤਪਾਦਨ ਕਰ ਸਕਦੇ ਹਾਂ ਜਾਂ ਵਿਅਕਤੀਗਤ ਕਲਚਰ ਦੀਆਂ ਪਛਾਣਾਂ ਨੇ ਅਸੀਂ ਉਹਨਾਂ ਨੂੰ ਰੋਲ ਦਈਏ ਇਹਨਾਂ ਦੋਹਾਂ ਦਰਮਿਆਨ ਪਹਿਲਾਂ ਤਾਂ ਸਾਨੂੰ ਸੰਤੁਲਨ ਬਣਾਉਣ ਦੀ ਜ਼ਰੂਰਤ ਹੈਗੀ ਆ ਗਲੋਬਲਾਈਜੇਸ਼ਨ ਦੇ ਵਿੱਚ ਤੇ ਲੋਕਲਾਈਜੇਸ਼ਨ ਦੇ ਵਿੱਚ ਠੀਕ ਹੈ। ਦੂਸਰੀ ਜਿਹੜੀ ਸਮੱਸਿਆ ਹੈਗੀ ਉਹ ਸਮੱਸਿਆ ਹੈਗੀ ਆ ਕਿ ਜਦੋਂ ਵੀ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ ਤੇ ਜਦੋਂ ਅਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ ਤੇ ਡੈਮੋਕ੍ਰੇਸੀ 'ਚ ਬਹੁ ਗਿਣਤੀ ਦੀ ਗੱਲ ਕਰਦੇ ਹਾਂ ਤੇ ਬਹੁ ਗਿਣਤੀ ਆ ਜਿਹੜੀ ਉਹ ਫਿਰ ਜਿਹੜੀ ਘੱਟ ਗਿਣਤੀ ਆ ਉਹਨੂੰ ਕ੍ਰਸ਼ ਕਰਦੀ ਆ ਤੇ ਇਹ ਗੱਲ ਪੰਜਾਬੀ ਭਾਸ਼ਾ ਦੇ ਨਾਲ ਸਿੱਖ ਧਰਮ ਦੇ ਨਾਲ ਜਾਂ ਇੱਥੋਂ ਦੀਆਂ ਜਨਜਾਤੀਆਂ ਦੇ ਨਾਲ ਖਾਸ ਕਰਕੇ ਕਬੀਲਿਆਂ ਦੇ ਨਾਲ ਜਿੰਨੀ ਵੱਡੀ ਪੱਧਰ ਤੇ ਵਾਪਰੀ ਆ ਤੇ ਇਹ ਵਾਪਰਦੀ ਰਹਿਣੀ ਆ ਜਿਹੜੀ ਇਸ ਦਾ ਹੱਲ ਆ ਜਿਹੜਾ ਉਹ ਇਸ ਗੱਲ ਵਿੱਚ ਪਿਆ ਕਿ ਜੇ ਗਲੋਬਲਾਈਜੇਸ਼ਨ ਤੇ ਲੋਕਲ ਦੇ ਵਿੱਚ ਜੇ ਅਸੀਂ ਸੰਤੁਲਨ ਬਣਾਉਣਾ ਹੈ ਤਾਂ ਬਹੁ ਗਿਣਤੀ ਤੇ ਘੱਟ ਗਿਣਤੀ ਨੂੰ ਵੀ ਅਸੀਂ ਜਿਹੜੀ ਹੁਣ ਤੱਕ ਦੀ ਜਿਹੜੀ ਪ੍ਰਤੀਨਿਧ ਡੈਮੋਕ੍ਰੇਸੀ ਦਾ ਰੂਪ ਆ ਉਹਦੀ ਬਜਾਏ ਜਿੰਨੀ ਦੇਰ ਅਸੀਂ ਕਿਹਾ ਜਾ ਸਕਦਾ ਹੈਗਾ ਕਿ ਭਾਗੀਦਾਰੀ ਵਾਲੀ ਪਾਰਟਿਸਪੇਟਰੀ ਡੈਮੋਕ੍ਰੇਸੀ ਵੱਲ ਨਹੀਂ ਜਾਂਦੇਗੇ ਉਨੀ ਦੇਰ ਇਸ ਸਮੱਸਿਆ ਦਾ ਹੱਲ ਨਹੀਂ ਗਾ। ਗਰੇਵਾਲ ਸਾਹਿਬ ਨੇ ਬਿਲਕੁਲ ਠੀਕ ਉਂਗਲ ਇਸ ਗੱਲ ਤੇ ਰੱਖੀ ਆ ਕਿ ਜਿਹੜੀਆਂ ਪੰਜਾਬ ਦੀਆਂ ਪਾਰਟੀਆਂ ਜਾਂ ਪੰਜਾਬ ਦੀਆਂ ਸਰਕਾਰਾਂ ਕੇਂਦਰ ਖਿਲਾਫ਼ ਤਾਂ ਲੜਦੀਆਂ ਨੇ ਕਿ ਸਾਨੂੰ ਵੱਧ ਅਧਿਕਾਰ ਦਿਓ ਪਰ ਆਪਣੀਆਂ ਜਿਹੜੀਆਂ ਮਿਊਂਸੀਪਲ ਕਮੇਟੀਆਂ ਉਹਨਾਂ ਨੂੰ ਤਾਂ ਛੱਡੋ ਨਗਰ ਨਿਗਮਾਂ ਨੂੰ ਤਾਂ ਛੱਡੋ ਉਹ ਤਾਂ ਆਪਦੇ ਐਮ ਐਲ ਏ ਨੂੰ ਵੀ ਅਧਿਕਾਰ ਦੇਣ ਨੂੰ ਤਿਆਰ ਨੀਗੇ ਕਿ ਉਹ ਉਹ ਹੀ ਕੁਛ ਹਲਕੇ ਦੇ ਵਿੱਚ ਕਰ ਸਕਣ।
इस समस्या दे विच कि ना तो असी ये सारे कासे तो खेड़ा छड़ा सकते हैं, समस्या दे विच घिरे हुए हैं। दूजी जिहड़ी अजकल जिहड़ी सब तो वड्डी समस्या आई हुई है, वह इस गल दे विच ज्यादा आई हुई है कि सरकारां की करदियां कि जदों भी कोई संकट पैदा हुंदा है, जदों भी कोई शौक लगता है, चाहे वह कुदरती आफत करके लगे, चाहे वह बीमारी करके लगे, चाहे वह जंग करके लगे, तो उस समय वह लोगों की जिहड़ी सदमा ग्रस्त स्थिति हैगी फायदा उठाउंदिया होया जो भी उन्होंने मन में हुंदा जिहड़ी बहुगिणती अपना कुछ करना शुरू कर देंदी है। ये गल हुण मोदी सरकार ने वड्डी पद्धर ते करनी शुरू करती कि इस दौरान कोविड के संकट के दौरान ही वड्डी पद्धर ते उन्होंने वो कानून बनाने शुरू करते, चाहे वह किरतियां के विरुद्ध कानून जिन्हां नूं गरेवाल साहब हाशिया कृत लोग कह रहे कि जी 12 घंटे भी इन्हां तों कम लिया जा सकता है, जदों के 8 घंटे तो संघर्ष तो यह हो रहा है कि बेरोजगारी दूर करने लई जिहड़ा आटोमेशन नाल समा बचता हैगा ये 6 घंटे किया जाए, उहदे उल्ट उहनूं 12 घंटे वल लिजा रहे हैं। इसे तरह ही जिहड़े खेती आर्डीनेंस हैगे आ इह लैके आ रहे हैगे आ, पहलां वी असीं वेख्या हैगा कि उह संकट दे समें दी संकट ग्रस्त जिहड़ी मानसिकता उस नूं इस गल दा फायदा चुकण लई वरतदे आ कि हुण जो कुछ असीं मर्जी कर लईए हुण लोकां दे विच विरोध दा बहुता मादा ही नहीं। पंजाब है जिहड़ा उह इस समें बड़े ही भंबल भूसे दे विच पिया होया हैगा, जिहड़ियां पोलिटिकल एस्टैबलिश पोलिटिकल पार्टियां उह तां आपदे पुराने राग ते चल के सिर्फ सत्ता तक पुज्जना चाहुंदियां, पर जिहड़ा नवीं कोई स्पेस पैदा होनी सी, नवीं पार्टी पैदा होनी सी, नवीं सोच पैदा होनी सी, नवीं लहर पैदा होनी सी, नवीं लीडरशिप पैदा होनी सी, वह पैदा होण दीआं इस समें सानूं संभावना नहीं किते दिखाई दे रहीआं गईआं। तां उहदे विच इक कारण यह भी बनिया कि हुण तक जिहड़ा पंजाब दे विच असीं केंद्रीवादी पार्टी मानदे रहे कांग्रेस नूं, अज तों 10 साल 5 साल पहलां तक यह गल सी भी कि केंद्र दे विच कांग्रेस पार्टी हुंदी सी तां उहदा झुकाओ सी कि केंद्र मजबूत होवे, पर हुण स्थिति जमा ही उल्टी भी है कि भारतीय जनता पार्टी मैं कि केंद्रवादी पार्टी है, तो बहुत सारिया कांग्रसी स्टेटा जिहड़ियां उह कह रही कि राज्यां नूं वध अधिकार चाहिए जां साडे अधिकारां दा हनन हो रहा है, तो पंजाब की स्थिति बिल्कुल ही वक्री आ कि जिस नूं जिन्हों कह सकते हैं कि फैडरलिजम का जां राज्यां नूं वध अधिकार का चैंपियन कहा जाता सी श्रोमणी अकाली दल, वह आपके बुनियादी स्टैंड तो बिल्कुल ही उल्ट होके इं व्यवहार कर रहा कि जिवें वह भाजपा की बी टीम हो, सिर्फ यह कि वह बी टीम का व्यवहार कर रहे हैं। आम लोगों को लग रहा कि कांग्रेस तो पहले ही केंद्रवादी सी, भाजपा भी केंद्रवादी है, तो हुण तो फिर मैं कि जिहड़ी आ अकाली दल भी केंद्रवादी हो गया, तो उस स्थिति दे विच पंजाब कोले कोई एक मन दे विच कि ख्याल जा आया कि शायद ये खला नूं आप पार्टी भरेगी, आम आदमी पार्टी भरेगी, पर आम आदमी पार्टी ने दिल्ली दे विच पहला जिन्ना रौला पाया कि पिछले टर्म दे विच एल जी नाल पंगे लए, केंद्र नाल पंगे लए, तो हुण तां हालत जी ते एल जी शायद उत्थे हुण अमित शाह ही है, लेफ्टिनेंट गवर्नर का जो रोल है वह भी अमित शाह ही निभा रहा है, तो वह तो जिन्हों कह सकते हैं चाहे कुट के कह लो चाहे दबाओ करके कह लो वो थले ला रहे, तो पंजाब में फिर धिर कि रहेगी दो तरह बाकी बचदी है कि कम्यूनिस्टा की बचती सी एक बसपा की बचती है, तो कम्यूनिस्टा का हाल साढ़े सामने ही है, तो पहला भी वह अंतरराष्ट्रवादी ही सी, राष्ट्रवादी भी नहीं अंतरराष्ट्रवादी ही सी, तो बहुत थोड़े बंदे सीगे चाहे तेजा सिंह संतर वर्गे जां कुछ समय लई हरकिशन सिंह सुरजीत वर्गे कि जिहड़े फैडरलिज्म की गल करते सीगे। हुण बसपा जिहड़ी उहदे तो आस हो सकती सीगी, तो बसपा यह कह रही है कि मैं तो जिहड़ी हैगी केंद्र पद्धर की पार्टी हाँ, तो पंजाब दे विच उह अपना कोई वक्खरा मुहांदरा पैदा ही नहीं कर सकदी, इस स्थिति विच लग ही नहीं रहा गा कि कोई धिर अजिही होवे। हुण जिस गल की आस की जा सकती सीगी कि जो पोलिटिकल पार्टियां फेल हो जाए तो शायद जिन्हों कह सकते हैं कि सिविल सोसायटी जां कह सकते हैं कि यूनियनिज्म जां कह सकते हैं कि कोई नवी लहर उठे, वह नवी लहर की जिहड़ी हाल आ वह ये कि जे हुण किसानों का मुद्दा आया तो किसानों दियां जिन्नियां भी किसान यूनियन है वो हर किसान यूनियन एक पार्टी नाल अटैच हैगी है,
ਤਾਂ ਉਸ ਸਥਿਤੀ ਦੇ ਵਿੱਚ ਮੈਨੂੰ ਲੱਗਦਾ ਕਿ ਇਸ ਵੇਲੇ ਜਿਹੜਾ ਪੰਜਾਬ ਆ ਉਹ ਚਰਨਿੰਗ ਦੀ ਸਥਿਤੀ ਦੇ ਵਿੱਚ ਆ, ਉਹ ਇੱਕ ਭੰਬਲ ਭੂਸੇ ਦੇ ਵਿੱਚੋਂ ਨਿਕਲਣ ਦੇ ਲਈ ਹੱਥ ਪੈਰ ਮਾਰ ਰਿਹਾ, ਉਹ ਕਿਸ ਦਿਸ਼ਾ ਵੱਲ ਜਾਊਗਾ। ਤੇ ਜਿਹੜੀਆਂ ਨਵੀਆਂ ਫੋਰਸਸ ਨੇ ਉਹਨਾਂ ਤੇ ਜੇ ਅਸੀਂ ਧਿਆਨ ਕੇਂਦਰਿਤ ਕਰੀਏ ਤਾਂ ਸਭ ਤੋਂ ਜਿਹੜੀ ਵੱਡੀ ਫੋਰਸ ਬਣ ਰਹੀ ਆ ਉਹ ਸਾਰੇ ਵਰਗਾਂ ਦੇ ਵਿੱਚੋਂ ਪੈਦਾ ਹੋਈ ਉਹ ਨਵੀਂ ਯੂਥ ਆ, ਜਿਹੜੀ ਪੜ੍ਹਾਈ ਲਿਖਾਈ ਕਰ ਰਹੀ ਆ ਪਰ ਨਾ ਨੌਕਰੀ ਮਿਲ ਰਹੀ ਆ ਤੇ ਨਾ ਹੀ ਕੰਮ ਧੰਦੇ ਦੇ ਲਈ ਸਪੇਸ ਮਿਲ ਰਹੀ ਆ, ਨਾ ਉਹਨਾਂ ਨੂੰ ਲੋਨ ਮਿਲ ਰਹੇ ਆ, ਨਾ ਜਿਹਨੂੰ ਕਹਿ ਸਕਦੇ ਹਾਂ ਕਿ ਦਫ਼ਤਰਾਂ ਦੇ ਵਿੱਚ ਲਾਲ ਫੀਤਾਸ਼ਾਹੀ ਮੂੰਹ ਅੱਡੀ ਖੜੀ ਆ, ਉਹ ਕੋਈ ਕਾਰੋਬਾਰ ਨਹੀਂ ਕਰਨ ਜੋਗੇ। ਉਹ ਜਿਹੜਾ ਯੂਥ ਹੈਗਾ ਉਹ ਜਦੋਂ ਭ੍ਰਸ਼ਟ ਹੋਊਗਾ ਉਹ ਕਿਹੋ ਜਿਹੀ ਲਹਿਰ ਦਾ ਰੂਪ ਲਊਗਾ, ਕੀ ਉਹ ਸੈਪਰੇਟ ਰੂਪ ਲਊਗਾ, ਫੰਡਾਮੈਂਟਲਿਸਟ ਰੂਪ ਲਊਗਾ, ਜਾਂ ਮੋਰ ਡੈਮੋਕ੍ਰੇਸੀ ਤੇ ਮੋਰ ਫੈਡਰਲਿਜ਼ਮ ਲਈ ਉਹ ਜੂਝੂਗਾ, ਇਹਦੇ ਬਾਰੇ ਨਹੀਂ ਹਜੇ ਕੁਝ ਕਿਹਾ ਜਾ ਸਕਦਾ। ਪਰ ਨਾਓਵੇਸ ਇਹ ਕਿਹਾ ਜਾ ਸਕਦਾ ਕਿ ਪੰਜਾਬ ਆ ਜਿਹੜਾ ਉਹ ਭੰਬਲ ਭੂਸੇ ਵਿੱਚ ਵੀ ਆ ਤੇ ਇੱਕ ਜਿਹਨੂੰ ਕਹਿ ਸਕਦੇ ਹਾਂ ਕੁਝ ਨਵਾਂ ਸਿਰਜਣ ਦੀ ਤਾਂਗ ਵਿੱਚ ਵੀ ਆ। ਉਹ ਅੰਡਰ ਲੇਅਰ ਅੰਡਰ ਕਰੰਟਸ ਨੇ ਸਾਡਾ ਵਿਦਿਆਰਥੀਆਂ ਨਾਲ ਵਾਹ ਹੋਣ ਕਰਕੇ ਸਾਨੂੰ ਇਹ ਦਿਖਾਈ ਦੇ ਰਿਹਾ ਕਿ ਜਿੰਨਾ ਸਾਡਾ ਨੌਜਵਾਨ ਵਰਗ ਹੈਗਾ, ਈਵਨ ਇੱਕ ਇਹ ਵੀ ਕਿ ਨੌਜਵਾਨ ਵਰਗ ਦੇ ਵਿੱਚ ਕਈ ਵਾਰੀ ਲੱਗਦਾ ਕਿ ਸ਼ਾਇਦ ਇਕੱਲੇ ਮਰਦ ਨੇ ਜਾਂ ਮੁੰਡੇ ਮੁੰਡੇ ਨੇ, ਅਸਲ 'ਚ ਇਸ ਵੇਲੇ ਜਿਹੜੀਆਂ ਕੁੜੀਆਂ ਉਹ ਵੀ ਆਪਣੀ ਸਪੇਸ ਬਹੁਤ ਵੱਡੀ ਪੱਧਰ 'ਤੇ ਕਹਿ ਰਹੀਆਂ, ਉਹ ਆਪਦੀ ਸਪੇਸ ਲੱਭ ਰਹੀਆਂ ਹੈਗੀਆਂ। ਉਹ ਸਪੇਸ ਇੱਕ ਤਾਂ ਛੋਟੀ ਆ ਕਿ ਆਈਲੈਟਸ ਕਰੋ ਤੇ ਬਾਹਰ ਚੱਲ ਜਾਓ ਤੇ ਮੁੰਡਾ ਨਾਲ ਲੈ ਜਾਓ ਤੇ ਸੈਟਲ ਹੋ ਜਾਓ, ਪਰ ਜਿਹੜੀ ਵੱਡੀ ਸਪੇਸ ਆ ਉਹ ਇੱਥੇ ਲੱਭ ਰਹੀਆਂ ਹੈਗੀਆਂ ਆਪਣੀ। ਤਾਂ ਉਸ ਸਥਿਤੀ ਦੇ ਵਿੱਚ ਲੱਗਦਾ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਕੋਈ ਨਵੀਂ ਲਹਿਰ, ਕੋਈ ਨਵਾਂ ਵਿਚਾਰ ਪੈਦਾ ਹੋਵੇ ਤਾਂ ਕਿਹਾ ਨਹੀਂ ਜਾ ਸਕਦਾ। ਮੌਜੂਦਾ ਜਿਹੜੀਆਂ ਸਿਆਸੀ ਪਾਰਟੀਆਂ ਇਹ ਤਾਂ ਜਿਹਨੂੰ ਕਹਿ ਸਕਦੇ ਹਾਂ ਨੂਰਾ ਕੁਸ਼ਤੀ ਕਹਿ ਲਓ, ਫਿਕਸ ਮੈਚ ਕਹਿ ਲਓ, ਡਾਕਟਰ ਸਾਹਿਬ ਤੁਸੀਂ ਬਹੁਤ ਵਿਸਥਾਰ ਦਿੱਤਾ ਹੈ, ਬੜਾ ਅੱਛਾ ਲੱਗਿਆ ਤੁਸੀਂ ਪੰਜਾਬ ਦੇ ਧਰਾਤਲ ਨੂੰ ਉਵੇਂ ਉਵੇਂ ਪੜਾਵਰ ਦੇਖਿਆ। ਜੇ ਤੁਸੀਂ ਗੱਲ ਕਰਦੇ ਹੋ ਆਮ ਆਦਮੀ ਪਾਰਟੀ ਦੀ ਤੇ ਉਹਦਾ ਜਿਹੜਾ ਲੀਡਰ ਆ ਉਹ ਵੀ ਤਾਨਾਸ਼ਾਹੀ ਨਜ਼ਰ ਆਇਆ। ਬਸਪਾ ਵਾਲੀ ਗੱਲ ਜਿਹੜੀ ਹੈ, ਬਸਪਾ ਕਦੇ ਵੀ ਖੇਤਰੀ ਪਾਰਟੀ ਵਾਂਗ ਨਜ਼ਰ ਨਹੀਂ ਆਈ, ਉਹ ਵੀ ਸਾਰਾ ਇੱਕ ਵਿਅਕਤੀ ਵਿਸ਼ੇਸ਼ ਦੇ ਉੱਤੇ ਕੇਂਦਰਿਤ ਹੈ। ਬੀਬੀ ਮਾਇਆਵਤੀ ਤੋਂ ਅਗਾਂਹ ਨਾ ਗੱਲ ਤੁਰਦੀ ਨਾ ਪਛਾਣ ਤੁਰਦੀ ਹੈ। ਸੋ ਅਗਲੇ ਬੰਨੇ ਜੇ ਅਕਾਲੀਆਂ ਵੱਲ ਆ ਜਾਈਏ ਤੇ ਹੁਣ ਕੇਂਦਰੀਕਰਨ ਜਾਂ ਵਿਕੇਂਦਰੀਕਰਨ ਦੀ ਗੱਲ ਬਾਦਲ ਪਿੰਡ 'ਚ ਇੱਕ ਘਰ ਦੇ ਵਿੱਚੋਂ ਹੀ ਤੁਰਦੀ ਆ, ਬਹੁਤੇ ਸਾਨੂੰ ਰਾਹ ਰਸਤੇ ਨਜ਼ਰ ਨਹੀਂ ਆਉਂਦੇ। ਜਿਹਨਾਂ ਬੱਚਿਆਂ ਨੂੰ ਤੁਸੀਂ ਗੱਲ ਕਰਦੇ ਹੋ ਜੇ ਉਹਨਾਂ ਨੇ ਕੱਲ ਨੂੰ ਉਹ ਵਿਸਫੋਟ ਵੀ ਹੋਣਾ ਹੈ ਤੇ ਉਹਨਾਂ ਨੂੰ ਦਿਸ਼ਾ ਕਿੰਨੇ ਦੇਣੀ ਆ, ਉਹ ਲੀਡਰਸ਼ਿਪ ਵੀ ਅਜੇ ਸਾਡੇ ਕੋਲ ਨਹੀਂ। ਆਖਿਰ ਇਹਨਾਂ ਬੱਚਿਆਂ ਨੇ ਵੀ ਕਿਸ ਪਾਸੇ ਜਾਣਾ।